ਸ੍ਰੀਕਾਲ ਸਾਰਿਆਂ ਨੂੰ ਤੇ ਵੈਲਕਮ ਬੈਕ ਬਈ। ਹਾਲ ਦੇਖ ਲਓ ਕੀ ਆ, ਜਿਹਨਾਂ ਦਾ ਗੱਲ ਕਰ ਰਹੇ ਨੰਬਰ ਹੀ ਗਲਤ ਦਿੱਤਾ ਬਈ, ਬੱਲੇ ਤੁਹਾਡੇ ਨੰਬਰ ਗਲਤ ਦਿੱਤਾ, ਇਹਦੇ 'ਤੇ ਕਾਲ ਕਰ, ਇਹਦੇ 'ਤੇ ਕਾਲ ਕਰ, ਰਾਤ ਤਾਂ ਲੱਗਾ ਆ। ਹੁਣ ਵੀ ਉਹ ਹੈ ਨਾ, ਕੋਈ ਬਾਹਰ ਆਉਂਦਾ ਸੀਗਾ, ਮੈਂ ਅੰਦਰ ਚੱਲ ਗਿਆ ਹੈ ਨਾ, ਉਹ ਮੈਨੂੰ ਕਹਿੰਦੀ ਇਹ ਨੰਬਰ ਕੰਪਨੀ ਦਾ ਆ। ਪਹਿਲਾਂ ਕੰਪਨੀ ਨੂੰ ਫੋਨ ਜਾਣਾ, ਮਤਲਬ ਕੰਪਨੀ ਕਹਿੰਦਾ ਮਤਲਬ ਤੁਸੀਂ ਔਨਲਾਈਨ ਰਜਿਸਟ੍ਰੇਸ਼ਨ ਕੀਤੀ, ਉਹਨਾਂ ਨੇ ਫਿਰ ਕਿੰਨੇ ਟਾਈਮ ਬਾਅਦ ਸਾਨੂੰ ਕਾਲ ਕਰਨੀ। ਇੱਕੋ ਸੀਗੀ ਉਹ, ਮੈਂ ਨਾ ਟ੍ਰਾਂਸਲੇਸ਼ਨ 'ਚ ਕਰਕੇ ਗੱਲ ਕਰਾਂ, ਹੈ ਨਾ, ਇੰਨਾ ਔਖਾ ਲੱਗਾ। ਮੈਨੂੰ ਉਹਨੇ ਨੰਬਰ ਹੀ ਦਿੱਤਾ, ਕਹਿੰਦੀ ਕਿ ਸੋਰੀ ਤੂੰ ਇੰਨੀ ਚਿਰ ਵੇਟ ਕੀਤੀ ਆ, ਅੱਗੇ ਤੋਂ ਇਹਦੇ 'ਤੇ ਫੋਨ ਕਰ ਦਿਆ ਕਰੀ। ਮੈਂ ਉਹਨਾਂ ਨੂੰ ਵੀ ਭੇਜਿਆ, ਮੈਂ ਭਰਾਵਾ ਇੱਥੇ ਕਰਿਆ ਕਰੋ ਅੱਗੇ ਤੋਂ ਫੋਨ, ਐ ਵੀ ਡਰਾਈਵਰ ਦਾ ਵੀ ਟਾਈਮ ਵੇਸਟ ਕਰਦੇ ਆ ਵੀ, ਆਪਣਾ ਤਾਂ ਫਿਰ ਤੁਸੀਂ ਕਰਦੇ ਹੀ ਆਪ ਤਾਂ ਸੈੱਟ ਨਹੀਂ। ਮੈਂ ਕਿਹਾ ਕਦੀ ਪੈਪ 'ਤੇ ਨਿਗਾਹ ਮਾਰ ਲਈਏ, ਉੱਧਰ ਤਾਂ ਸੈੱਟ ਆ, ਪੈਪ ਨੂੰ ਕੁਛ ਨਹੀਂ ਹੋਈ। ਅਤੇ ਚਲੋ ਹੁਣ ਇੱਥੋਂ ਨਿਕਲੀਏ। ਰਾਤ ਦੀ ਮੇਰੇ 2 ਘੰਟੇ ਇੱਥੇ ਬਾਹਰ ਭਰਾਵਾ ਖੜ੍ਹਾ ਰਿਹਾ, ਮੈਂ 2 ਘੰਟੇ ਖਰਾਬ ਹੋਏ ਆ। ਟ੍ਰੇਲਰ ਓਕੇ ਰਿਪੋਰਟ ਆ ਮੇਰੀ, ਹਜੇ ਨਾ ਬੁੱਕ ਚੱਲਣ ਨੂੰ ਪਿਆ 1 ਘੰਟਾ, ਸੋ ਆਪਾਂ ਕਿਤੇ ਦੇਖਦੇ ਹਾਂ ਆਲੇ ਦੁਆਲੇ ਜਾ ਕੇ, ਇੱਥੋਂ ਬਾਹਰ ਨਿਕਲਣਾ ਪੈਣਾ ਆ, ਬਾਹਰ ਨਿਕਲ ਕੇ ਕਿਤੇ ਖੜ੍ਹਦੇ ਹਾਂ। ਹਾਂਜੀ, ਆਪਣਾ ਸਵੇਰੇ ਤੁਹਾਨੂੰ ਦੱਸਿਆ ਹੀ ਨਹੀਂ ਨਾ ਕੀ ਹੋਇਆ ਸਵੇਰੇ ਯਾਰ, ਉੱਥੇ ਆਪਣਾ ਜਿੱਥੋਂ ਟ੍ਰੇਲਰ ਚੱਕਣਾ ਸੀਗਾ, ਇੰਨਾ ਟਾਈਮ ਖਰਾਬ ਹੋਇਆ, ਇੰਨਾ ਟਾਈਮ ਵੇਸਟ ਹੋਇਆ ਨਾ ਉੱਥੇ ਬਾਈਆਂ ਨੇ। ਉਹ ਬਾਈ ਇੱਕ ਬਹੁਤ ਰੂਡ ਬੋਲਿਆ ਰਾਤੀ, ਹੈ ਨਾ, ਮੈਂ ਕਿਹਾ ਚੱਲ ਕੋਈ ਨਹੀਂ। ਅਤੇ ਆਪਣੀ ਉੱਥੇ ਸਲੀਪ ਆ ਕੇ ਮੈਂ 1 ਘੰਟਾ ਮੇਰਾ ਰਹਿੰਦਾ ਹੀ, ਮੈਂ ਅੱਗੇ ਆ ਕੇ ਥੋੜ੍ਹਾ ਜਿਹਾ ਫੇਸ ਹੋ ਗਿਆ, ਮੈਂ ਤੁਰ ਪਿਆ ਫਿਰ, ਅਤੇ ਹੁਣ ਇੱਥੇ ਵੱਜ ਗਏ ਆ 2। ਜਿਹੜਾ ਲਵ ਤੋਂ ਆਪਾਂ ਡੀਜ਼ਲ ਪਵਾਈ 4 ਘੰਟੇ ਇੱਧਰ ਨੂੰ ਸੀਗਾ, ਉੱਥੇ ਆ ਗਏ ਹਾਂ ਆਪਾਂ। ਅਤੇ ਇੱਥੇ ਹੁਣ ਲੈਂਦੇ ਹਾਂ ਸ਼ਾਵਰ, ਸ਼ਾਵਰ ਸ਼ੂਵਰ ਲੈ ਕੇ। ਮੈਂ ਰਾਤੀ ਰੋਟੀ ਰੋਟੀ ਖਾਧੀ ਨਹੀਂ, ਖਾਧੀ ਇੱਥੇ ਹੀ ਰੋਟੀ ਖਾਧੀ ਆ ਲਾਸਟ, ਇੱਥੋਂ ਸਿੱਧਾ ਚੱਲ ਗਿਆ। ਹੁਣ ਤੁਰਨ ਵੇਲੇ ਦੁੱਧ ਦੁੱਧ ਪੀ ਕੇ ਤੁਰ ਪਿਆ ਆ, ਕਹਿੰਦੇ ਇੱਦਾਂ ਨਹੀਂ ਤਾਂ ਇੱਥੇ ਰੋਟੀ ਖਾ ਕੇ ਫਿਰ ਅੱਗੇ ਚੱਲਾਂਗੇ, ਫਿਰ ਰਾਤ ਨੂੰ ਇੱਥੇ ਸੋ ਜਾਵਾਂਗੇ, ਅਤੇ ਕੱਲ੍ਹ ਦੁਪਹਿਰੇ ਖਾ ਕੇ ਅਤੇ ਆਪਾਂ ਘਰ ਪਹੁੰਚਣਾ। ਰਾਤ ਨੂੰ ਘਰ ਪਹੁੰਚੂੰਗਾ ਮੈਂ ਸ਼ਾਇਦ, ਅਤੇ ਹੁਣ ਆਪਾਂ ਦਬ ਦਬ ਨਹਾ ਕੇ ਆਈਏ ਯਾਰ, ਟਾਈਮ ਬਹੁਤ ਵੇਸਟ ਹੋ ਗਿਆ, ਟਾਈਮ ਬਹੁਤ ਜ਼ਿਆਦਾ ਬਾਈ। ਕੱਲ੍ਹ ਲੈਣਾ ਸੱਚੀ ਉਹ ਟ੍ਰੇਲਰ ਮੇਰਾ ਸਵਿੱਚ ਹੋ ਜਾਣਾ ਸੀਗਾ, ਉਹ ਟ੍ਰੇਲਰ ਜਿੱਥੇ ਲਾਇਆ ਹੈ ਨਾ, ਜਿਹੜੇ ਬਾਈ ਜਿਹਨਾਂ ਨੇ ਖੜਵਾਇਆ ਸੀ ਉੱਥੇ ਟ੍ਰੇਲਰ, ਹੈ ਨਾ, ਪੇ ਉਹ ਦੇਖ ਇੱਦਾਂ ਦੇ ਚੰਗੇ ਬੰਦੇ ਵੀ ਹੁੰਦੇ ਆ, ਬ੍ਰੇਕ ਲਾ ਦਿੱਤੀ ਅਤੇ ਉਹ ਉੱਥੇ, ਹੈ ਨਾ, ਇੰਨਾ ਟਾਈਮ ਵੇਸਟ ਹੋਇਆ। ਵੇਸਟ ਕਰਨ ਦਾ ਰੀਜ਼ਨ ਕੀ ਆ, ਸਾਲਿਆਂ ਨੇ ਨਾ ਨੰਬਰ ਗਲਤ ਦਿੱਤਾ ਆ, ਜਿਹਦੇ 'ਤੇ ਕਾਲ ਕਰਨੀ ਸੀਗੀ ਉਹ ਨੰਬਰ ਹੀ ਗਲਤ ਸੀਗਾ। ਫਿਰ ਉਹ ਸਵੇਰੇ ਉੱਠੇ, ਕੋਈ ਬਾਹਰ ਆ ਰਿਹਾ, ਮੈਂ ਦੌੜ ਕੇ ਅੰਦਰ ਗਿਆ, ਫਿਰ ਉੱਥੇ ਉਹਨੇ ਮੈਨੂੰ ਦੱਸਿਆ ਕਿ ਕਹਿੰਦੀ ਤੁਸੀਂ ਨੰਬਰ ਹੀ ਉਹ ਦੂਜੇ 'ਤੇ ਕਾਲ ਕਰਦੇ ਸੀਗੇ, ਉਹਨਾਂ ਨੇ ਅੱਗੇ ਸਾਨੂੰ ਬੈਕ ਕਾਲ ਕਰਨੀ ਹੁੰਦੀ, ਉਹ ਬਹੁਤ ਲੰਬਾ ਪ੍ਰੋਸੀਜਰ ਆ ਨਾ ਮਤਲਬ। ਅਤੇ ਇਹ ਮੈਨੂੰ ਕਹੀ ਜਾਣ ਸਾਰੀ ਰਾਤ, ਇੱਕ ਨਾ ਡਿਸਪੈਚਰ ਕੁਛ ਕਵੇ, ਦੂਜਾ ਡਿਸਪੈਚਰ ਕੁਛ ਕਵੇ, ਤੀਜਾ ਕੁਛ, ਮੈਂ ਸੋ ਹੀ ਗਿਆ। ਅਸੀਂ ਦਰਦੀ ਮਰਾਓ, ਸਵੇਰੇ ਦੇਖਾਂਗੇ ਕੀ ਕਰਨਾ, ਚੁਣਾ ਕੇ ਲਾਭ ਤੇ ਚਲੋ ਮੈਂ ਦਬ ਦਬ ਨਹਾ ਕੇ ਆਉਂਦਾ ਆ। ਬਾਈ ਇੱਧਰ ਗੱਡੀਆਂ ਦੇਖੋ, ਜੀ ਵੈਗਨ, ਮਰਸੀਡੀਜ਼, SL, ਕਿਹੜੀ SLS, ਘੈਂਟ ਘੈਂਟ ਗੱਡੀਆਂ। ਅਤੇ ਹੁਣ ਆਪਾਂ ਟਰੱਕ ਇੱਥੇ ਕਿਤੇ ਪਾਰਕ ਕਰਕੇ ਦੌੜ ਕੇ ਨਹਾ ਕੇ ਆਈਏ, ਸ਼ਾਵਰ ਵਾਧੂ ਪਏ ਆ, ਮਿਲ ਜਾਣੇ ਆ ਯਾਰ। ਇਹ ਪਾਰਕਿੰਗ 'ਚ ਆ ਕਿੱਦਾਂ ਆ, ਕੀ ਸੀਨ ਆ, ਇਹ ਗੱਬੇ ਹੀ ਲਾ ਗਏ ਟਰੱਕ। ਚਲੋ ਮੈਂ ਲਾਵਾਂ ਫਿਰ ਦੇਖਦੇ ਹਾਂ ਭਾਈ। ਇੱਥੇ ਪੂਰੀ ਤਰ੍ਹਾਂ ਕੜਾਕੇਦਾਰ ਗਰਮੀ ਆ, ਨਜ਼ਾਰੇਦਾਰ ਵਾਲੀ। ਹੁਣ ਉਹ ਆਪਣਾ ਸਾਹਮਣੇ ਹੀ ਟਰੱਕ ਖੜਾ, ਉਹ ਪੈਚਰਾਂ ਮਾਰਦੀ ਨਾਲ ਲੱਗਾ ਆਪਣੇ ਨਾਲ ਕੋਈ ਲਾਉਣ। ਮੈਂ ਲੱਗੀ ਆ ਭੁੱਖ, ਮੈਂ ਰਾਤ ਖਾਧਾ ਨਹੀਂ ਕੁਛ, ਮੈਂ ਕਿਹਾ ਹੁਣ ਰੋਟੀ ਖਾ ਲਵਾਂ ਅਤੇ ਦੇਖਦੇ ਹਾਂ। ਉਹੀ ਆ ਸ਼ਾਇਦ, ਆਏ ਹਰੀਆਂ ਮਿਰਚਾਂ ਵੀ ਆ, ਗਰਮ ਕਰ ਲਈ ਇੱਕ।
ਇੱਧਰ ਮੈਂ ਵਿੱਚ ਰੱਖਿਆ ਘੇ ਗਰਮ ਹੋਣਾ, ਮੈਂ ਦੇਸੀ ਘੇ ਨਾ ਜੰਮ ਗਿਆ ਬਹੁਤ ਜ਼ਿਆਦਾ, ਉਹ ਆਪਾਂ ਰੱਖਤਾ ਐਨ ਪ੍ਰੋਪਰ ਗਰਮ ਹੋਣਾ, ਜੋ ਗਰਮ ਹੋਊਗਾ ਫਿਰ ਇਹਨੂੰ ਗਰਮ ਕਰਕੇ ਉਹਦੇ ਵਿੱਚ ਪਾ ਲਵਾਂਗੇ। ਅਤੇ ਚਲੋ ਫਿਰ ਰੋਟੀ ਖਾਈਏ ਅਤੇ ਫਿਰ ਇੱਥੋਂ ਚੱਲਦੇ ਬਣਦੇ ਹਾਂ। ਮੇਰੇ ਹਿਸਾਬ ਨਾਲ ਆਪਾਂ ਥੋੜ੍ਹੇ ਟਾਈਮ ਤੋਂ ਨਿਕਲ ਬਾਈ, ਇੱਥੇ ਗਰਮੀ ਕਿੰਨੀ ਹੈ ਦੱਸਾਂ ਤੁਹਾਨੂੰ, 96 ਫੈਰਨਹਾਈਟ ਟੈਂਪਰੇਚਰ ਗਿਆ ਹੋਇਆ, ਐਨ ਪੂਰੀ ਕੜਾਕੇਦਾਰ ਗਰਮੀ ਆ। ਮੈਂ ਵੀ ਸ਼ਾਰਟਸ ਹੀ ਪਾਏਗਾ, ਹੁਣ ਵੀ ਸ਼ਾਰਟਸ ਹੀ ਪਾਇਆ ਆ। ਲੈ ਵੀ ਹੋ ਗਈ ਦਾਲ ਆਪਣੀ ਗਰਮ, ਦੇਸੀ ਘੇ ਐਨ ਤੱਕ ਤੱਕ ਕਰਦਾ ਪਿਆ, ਸਵਾਦ ਸਵਾਦ ਚ ਖਾਲੀ ਆ ਜ਼ਿਆਦਾ, ਹੁਣ ਨੀਂਦ ਆਊਗੀ। ਵੀ ਮੋਸਟਰ ਲੈ ਕੇ ਆਉਂਦੇ ਅੱਜ ਚੀਟੇ ਆ ਚੀਟੇ। ਓਹੋ ਸ਼ੀਸ਼ਾ ਯਾਰ ਸਾਫ਼ ਕਰਨਾ ਭੁੱਲ ਗਏ ਆ। ਲੈ ਵੀ ਆਪਾਂ ਤੁਰ ਪਏ ਆ ਯਾਰ, ਇੰਨੀ ਮਤਲਬ ਨੀਂਦ ਆ ਰਹੀ ਆ ਨਾ ਹੁਣ, ਹਜੇ ਤਾਂ 6:30 ਘੰਟਿਆਂ ਦੀ ਬੁੱਕ ਪਈ ਆ, ਹੁਣੀ ਨੀਂਦ ਆਉਣ ਲੱਗ ਪਈ ਮੈਨੂੰ ਜਿਹੜੀ। ਪੂਰੀ ਚਲਾਵਾਂਗੇ ਪਰ ਗਰਮੀ ਬਹੁਤ ਜ਼ਿਆਦਾ ਯਾਰ, ਬਹੁਤ ਜ਼ਿਆਦਾ ਬਾਈ। ਲਓ ਵੀ ਆਪਾਂ ਨੂੰ ਉਹ ਵਾਸ਼ਰੂਮ ਕਰਕੇ ਰੈਸਟ ਏਰੀਆ ਨਹੀਂ ਆ ਰਿਹਾ, ਦੋ ਰੈਸਟ ਏਰੀਆ ਦੋਨੇ ਬੰਦ, ਫਿਰ ਮੈਂ ਰੁਕਿਆ ਹੀ ਨਹੀਂ ਕਿਤੇ। ਇੱਧਰ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਆ, ਇੱਧਰ ਇੱਦਾਂ ਦਾ ਆ, ਇੱਧਰ ਹੈ ਨਾ ਉਹ ਗਲੇਸ਼ੀਅਰ ਜਿਹਾ ਆ, ਉਹਦਾ ਤਾਂ ਯਾਰ ਵਿਊ ਹੀ ਅਲਟੀਮੇਟ ਆ। ਜੇ ਦਿਖਿਆ ਦਿਖਾਉਂਦੇ ਹਾਂ ਤੁਹਾਨੂੰ, ਪਹਿਲਾਂ ਦੌੜ ਕੇ ਵਾਸ਼ਰੂਮ ਜਾਈ, ਵਾਸ਼ਰੂਮ ਬਹੁਤ ਦੂਰ ਆ। ਬਾਈ ਆਪਾਂ ਹੋ ਗਏ ਵਿਹਲੇ, ਟ੍ਰੇਲਰ ਲਾ ਤਾ ਆ, ਹੁਣ ਆਪਾਂ ਗੁੱਟ ਗੋ ਆ ਘਰ ਨੂੰ। ਘਰ ਨੂੰ ਨਹੀਂ ਜਾਣਾ, ਦੋ ਕੰਮ ਕਰਾਉਣੇ ਆ। ਇੱਕ ਆਪਣਾ ਪਿਛਲਾ ਮੱਡ ਸਲੈਬ ਦਾ ਰਬੜ ਉੱਤਰ ਗਈ ਆ, ਅਤੇ ਇੱਕ ਆਪਣੀ ਹੋਰ ਕੀ ਹੋਇਆ, ਇੱਕ ਚੀਜ਼ ਹੋਰ ਆ, ਉਹ ਪਾਈਪ ਦਾ ਆ। ਪਾਈਪ ਨਾ ਆਪਾਂ ਕੱਸ ਜਾਣੀ ਆ ਹੁਣ, ਅਤੇ ਆ ਕੇ ਫਿਰ ਦੇਖਾਂਗੇ ਕਿ ਉਹ ਲੈ ਆਉਣੀ ਆ ਦੂਜੀ ਪਾਈਪ, ਅਤੇ ਇਹ ਦੇਖ ਲਾਂਗੇ ਜੇ ਇਹਦੇ ਲੀਕ ਹੋਈ ਆਪਣਾ ਲੋਡ ਉਤਰ ਗਿਆ ਯਾਰ ਟਾਈਮ ਦੇ ਨਾਲ, ਮੈਨੂੰ ਮੇਨ ਇਹਦੀ ਟੈਨਸ਼ਨ ਸੀ, ਆਪਣਾ ਸਾਰਾ ਕੰਮ ਨਿਬੜ ਗਿਆ। ਲੈ ਵੀ ਦੋ ਪਰਚੀਆਂ ਹੋ ਗਈਆਂ, ਆਪਾਂ ਹੁਣ ਸ਼ੀਟ ਬਣਾ ਦੇਣੀ ਆ, ਸ਼ੀਟ ਬਣਾ ਕੇ ਉੱਥੇ ਪਾ ਦੇਣੀ ਆ ਟ੍ਰੇਲਰ ਦੇ ਵਿੱਚ। ਇਹ ਕੀ ਕਹਿੰਦੇ ਆ ਹੁਣ, ਖੋਲ ਦੋ ਯਾਰ, ਇਹ ਮੈਨੂੰ ਉੱਦਾਂ ਹੀ ਜਾਣ ਦੇਣਾ, ਹੁਣ ਨਹੀਂ ਚੈੱਕ ਚੁੱਕ ਕਰਨਾ ਕੁਛ ਵੀ, ਚੈੱਕ ਕਰੂਗਾ ਜੱਟਾ ਜਾਣ ਦੇ, ਫਿਲੀਪੀਨ ਨੇ ਜਾਣ ਦੇ। ਮੈਨੂੰ ਪੁੱਛਿਆ ਮੈਂ ਤੂੰ ਕਿੱਥੇ ਦਾ, ਕਹਿੰਦਾ ਫਿਲੀਪੀਨ ਦਾ ਆ, ਕਹਿੰਦਾ ਸਾਡਾ ਕਈ ਵਾਰੀ ਜਹਾਜ਼ ਆਉਂਦਾ ਹੁੰਦਾ, ਫਿਰ ਮੇਰਾ ਵੀ ਘਰ ਜਾਣ ਦੇ ਕਰ ਪੈਂਦਾ ਕਹਿੰਦਾ। ਉਹ ਬਾਈ ਬਾਈ ਹੁਣ ਜਾ ਕੇ ਨਾ, ਮੈਂ ਕਹਿੰਦਾ ਲੈਂਗਲੀ ਕਿਉਂ ਜਾਣਾ, ਮੇਰੇ ਖਿਆਲ ਨਾਲ ਨਾ ਇੱਥੋਂ ਵੀ ਪੈਪ ਮਿਲ ਜਾਣੀ ਆ ਆਪਣੇ ਲੋਕਲ ਹੀ, ਸੋ ਉੱਥੋਂ ਲੈ ਲਾਂਗੇ। ਇੱਕ ਪਾਈਪ ਲੈਣੀ, ਇੱਕ ਪਿਛਲਾ ਮੱਡ ਸਲੈਬ ਲਿੱਤ ਗਿਆ ਆ ਰਾਈਟ ਹੈਂਡ ਸਾਈਡ ਦਾ ਪਿੱਛੇ ਦਾ, ਸੋ ਇੱਕ ਆਪਾਂ ਉਹ ਲੈਣੀ ਆ, ਠੀਕ ਆ ਨਾ। ਫਿਰ ਆਪਣਾ ਟਰੱਕ ਹੋ ਜਾਣਾ ਓਕੇ, ਫਿਰ ਬਾਏ। ਉਹ ਵੀ ਆਪਣਾ ਹੋ ਗਿਆ ਫਾਈਨਲ, ਆਹ ਦੇਖੋ ਇੱਥੋਂ ਪਾਈਪ ਫਟੀ ਆ, ਆਹ ਘੁੱਟ ਹੋ ਗਈ ਇੱਥੋਂ, ਹੈ ਨਾ, ਇੱਥੇ ਚੀਰਾ ਆਇਆ ਆ, ਇੱਥੋਂ ਨਿਕਲਦੀ ਪਈ ਆ ਪਾਣੀ, ਇੱਥੋਂ ਨਿਕਲਦਾ ਪਿਆ ਕੂਲੈਂਡ। ਸੋਚਿਆ ਨਵੀਂ ਪਾਈਪ ਲੈ ਕੇ ਆਉਂਦੇ ਹਾਂ, ਨਵੀਂ ਪਾ ਦਾਂਗੇ, ਪਵਾ ਦਾਂਗੇ ਇੱਥੋਂ, ਆਪ ਕਾਹਤੋਂ ਪੰਗਾ ਲੈਣਾ। ਮੈਨੂੰ ਆ ਕਿ ਜਦੋਂ ਖੋਲ੍ਹਣਾ ਨਾ, ਮੇਰੇ ਖਿਆਲ ਨਾਲ ਕੂਲੈਂਟ ਸਾਰਾ ਨਿਕਲ ਕੱਢਣਾ ਪੈਣਾ ਆ, ਸੋ
ਇੱਦਾਂ ਦਾ ਜੇ ਰੌਲਾ ਹੋਇਆ ਫਿਰ ਬਾਈ ਹੋਣਾ ਤਾਂ ਕਰਾ ਦਾਂਗੇ, ਜੇ ਨਾ ਹੋਇਆ ਫਿਰ ਆਪ ਹੀ ਕਰ ਲਾਂਗੇ, ਪੁੱਛ ਲਾਂਗੇ ਉਹਨਾਂ ਨੂੰ ਕੀ ਹਿਸਾਬ ਕਿਤਾਬ ਆ। ਅਤੇ ਪਿੱਛੇ ਤਾਂ ਤੁਹਾਨੂੰ ਦਿਖਾਵਾਂ ਕੀ ਹੋਇਆ, ਆਹ ਦੇਖੋ ਪਿੱਛੇ ਆਹ ਡਿੱਗ ਗਿਆ ਜਿਹੜਾ ਇੱਦਾਂ ਦਾ ਹੁੰਦਾ ਨਾ, ਆਹ ਡਿੱਗ ਗਿਆ। ਕੋਈ ਨਹੀਂ, ਅਤੇ ਹੈ ਨਾ ਨਟ ਟੁੱਟ ਨਟ ਸੀਗੇ ਉਹ ਮੇਰੇ ਖਿਆਲ ਨਾਲ ਡਿਵਾਈਡਰ ਡਿਵੂਡਰ ਥੱਲੇ ਆ ਗਿਆ ਹੋਣਾ ਜਦੋਂ ਬੈਕ ਕਰਦਾ ਸੀ, ਅਤੇ ਫਿਰ ਬਸ ਹੋ ਗਿਆ ਕੰਮ, ਇੱਦਾਂ ਹੀ ਹੁੰਦੀ ਹੁੰਦੀ ਆ। ਬਾਕੀ ਸਾਰਾ ਕੁਝ ਠੀਕ ਆ, ਦੋ ਚੀਜ਼ਾਂ ਹੀ ਆ ਹੁਣ, ਇਹਨਾਂ ਨੂੰ ਸੈੱਟ ਕਰਾ ਕੇ ਫਿਰ ਹੀ ਤੁਰਾਂਗੇ ਐਤਕੀ। ਗੱਡੀ ਦਾ ਗੱਡੀ ਆਪਣੀ ਇੱਥੇ ਹੀ ਆ, ਗੱਡੀ ਛੱਡ ਗਏ ਸੀਗੇ ਜਿੰਮੀ ਹੋਣੀ। ਅਤੇ ਚਲੋ ਫਿਰ ਹੁੱਡ ਹੁੱਡ ਬੰਦ ਕਰੀਏ, ਗਾਰਬੇਜ ਸਿੱਟਾਂ ਉੱਥੇ। ਮੈਂ ਲੋਕ ਨਹੀਂ ਲਾਇਆ, ਇੱਦਾਂ ਹੀ ਛੱਡਤੀ ਆ। ਬੰਪਰ ਤਾਂ ਬੰਦ ਕਰਨਾ ਪੈਣਾ, ਬੰਪਰ ਮੇਰਾ ਨਾ ਲੰਕ ਗਿਆ, ਇਹਨੂੰ ਸੈੱਟ ਕਰਾਉਣਾ ਆ। ਆਹ ਦੇਖੋ ਇੱਥੋਂ ਇੱਥੋਂ ਹਿੱਲਦਾ, ਆਹ ਵਾਲੀਆਂ ਇਹਦੀਆਂ ਪਲੇਟਾਂ ਹਿੱਲਦੀਆਂ ਪਈਆਂ, ਇੱਦਾਂ ਹਿੱਲਦਾ ਪਿਆ, ਇਹਨੂੰ ਸੈੱਟ ਕਰਾ ਕੇ ਜੇ ਸੈੱਟ ਹੋ ਜਾਣਾ। ਲੈ ਵੀ ਭਾਵੀ ਪਿੱਛੇ ਦੀ ਕਰਤੀ ਆ ਸਫਾਈ, ਥੱਲਿਓ ਮੋਟੀ ਮੋਟੀ ਕਰਤੀ ਆ ਇੱਦਾਂ ਦੀ। ਉੱਧਰੋਂ ਮੈਡਮ ਮੈਂ ਉਹ ਚੱਕੀ ਆ, ਟੂਲ ਕਿੱਟ ਰੱਖਣੀ ਆ ਉੱਥੇ, ਫਿਰ ਫਿਰ ਦੇਖਦੇ ਹਾਂ। ਅਤੇ ਇਹਦੇ ਪੇਪਰ ਵਰਕ ਕਰਨਾ, ਸਾਰਾ ਪੇਪਰ ਵਰਕ ਪਿਆ ਆ, ਉਹਨੂੰ ਵੀ ਕਿੰਨਾ ਟਾਈਮ ਲੱਗਣਾ। ਹਾਂਜੀ, ਆਪਾਂ ਵੀਡੀਓ ਤਾਂ ਐਂਡ ਕੀਤੀ ਨਹੀਂ ਸੀਗੀ, ਹੁਣ ਅਸੀਂ ਆਏ ਹਾਂ ਬਾਹਰ ਲੰਚ ਕਰਨ। ਕਿੱਥੇ ਓਏ, ਆਹ ਭੇਡਾਂ ਭੁੱਡਾਂ ਜਿਹੀਆਂ ਖਾਣ ਆਏ ਹਾਂ, ਆਹਦੇ ਹੌਟ ਸੂਪ ਆਹ ਚੀਜ਼ਾਂ ਆ, ਸੋ ਖਾਂਦੇ ਹਾਂ ਦੱਸਦੇ ਹਾਂ ਤੁਹਾਨੂੰ ਕਿੱਦਾਂ ਕਿੱਦਾਂ ਦਾ ਸਮਾਨ ਆਉਂਦਾ। ਇਹ ਗੱਲ ਭਾਈ ਮਿੱਤਰੋ, ਆਪਾਂ ਹੁਣ ਰਾਤ ਦੇ ਵੱਜ ਗਏ 11-12 ਇੱਕ ਵੱਜ ਗਏ ਆ, ਅਤੇ ਬਾਲ ਬੁਲ ਅੱਜ ਕੱਟ ਲਏ ਆ, ਗੰਜ ਕੱਢ ਲਈ ਆ, ਅਤੇ ਇੱਧਰ ਹੇਦਮ ਨਾਲ ਦੀ ਗੰਜ ਹੋ ਗਈ ਸਾਡੀ, ਕਦੇ ਕੀ ਕਰਦੀ ਆ, ਥੱਲੇ ਉੱਤਰ ਗਈ ਆ, ਦੌੜ ਲੱਗੀ ਹੁਣ। ਇਹ ਕਿੱਥੇ ਚੱਲਾ, ਕਿੱਧਰ ਗਈ? ਹੇ ਤੂੰ ਬਾਏ ਕਰ ਦਿਓ, ਬਾਏ ਅਸੀਂ ਨਹੀਂ ਕਰਨੀ। ਚਲੋ ਠੀਕ ਆ ਗਾਈਜ਼, ਬਾਏ ਬਾਏ, ਅਤੇ ਵੀਡੀਓ 'ਤੇ ਕਦੋਂ ਕਰਦੇ ਹਾਂ, ਅਤੇ ਮਿਲਦੇ ਹਾਂ ਤੁਹਾਨੂੰ ਜਿੱਦਣ ਕੰਮ 'ਤੇ ਜਾਵਾਂਗੇ ਹੁਣ।